ਅਸਲਾਮ ਵਾਲੇਕੁਮ ਦੋਸਤੋ, ਗੱਲਾਂ ਮੰਡੀ ਮੀਆਂ ਚੰਨ ਵਿੱਚ ਮੌਜੂਦ ਆ। ਕਣਕ ਦੇ ਰੇਟ ਦੇ ਹਵਾਲੇ ਨਾਲ ਵੀਰਾਂ ਨਾਲ ਗੱਲ ਕਰਦੇ ਹਾਂ ਬਾਈ ਜੀ। ਕਣਕ ਦੇ ਰੇਟ ਦੇ ਵਿੱਚ ਬੜੀ ਵੱਡੀ ਤਬਦੀਲੀ ਆਈ ਹੈ ਯਾਰ, ਅਜੀਬੋ ਗਰੀਬ ਤਬਦੀਲੀ ਆਈ ਹੈ, ਤੁਹਾਡੇ ਵੀਰਾਂ ਨਾਲ ਇਹ ਸ਼ੇਅਰ ਕਰਾਂਗੇ। ਅਤੇ ਬਾਈ ਜੀ, ਅੱਜ ਦਾ ਜਿਹੜੀ ਤਬਦੀਲੀ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਮੀਆਂ ਚੰਨ ਨੂੰ। ਗੱਲਾਂ ਮੰਡੀ ਦੇ ਵਿੱਚ ਜਿਹੜੀ ਤਬਦੀਲੀ ਹੋਈ ਆ ਕਿ ਬਾਈ, ਅੱਜ ਤੋਂ ਤਕਰੀਬਨ 3 ਦਿਨ 4 ਦਿਨ ਪਹਿਲੇ 2860-65 ਰੁਪਏ ਤੱਕ ਕਣਕ ਦਾ ਰੇਟ ਰਿਹਾ ਵਾ, ਬਲਕਿ ਅੱਜ ਤੋਂ 2 ਦਿਨ ਪਹਿਲੇ ਵੀ 2565-2860 ਰੁਪਏ ਕਣਕ ਦਾ ਰੇਟ ਸੀਗਾ। ਅਤੇ ਅੱਜ ਬਾਈ ਜੀ ਜਿਹੜਾ ਰੇਟ ਆ ਜੀ 2700 ਰੁਪਏ 'ਤੇ ਆ ਗਿਆ ਵਾ, ਬਲਕਿ ਸਾਨੂੰ ਇੱਥੇ ਇੱਕ ਦੋਸਤ ਕਹਿੰਦਾ ਜੀ 2650 ਰੁਪਏ ਵੀ ਢੇਰ ਸੇਲ ਹੋ ਗਿਆ। ਜਿਵੇਂ ਸਾਹਮਣੇ ਕਣਕ ਆ ਇਹ ਸਟਾਕ ਕੀਤੀ ਹੋਈ ਸੀ, ਇੱਧਰ ਵੀ ਦੇਖੋ ਆ ਪੱਲਾ ਪਾਇਆ ਹੋਇਆ ਵਾ, ਅਤੇ ਇਹ ਵੀ ਕਣਕ ਸਟਾਕ ਕੀਤੀ ਹੋਈ ਆ। ਲੇਕਿਨ ਜਿਹੜੇ ਆੜ੍ਹਤੀਏ ਮਜਬੂਰ ਹੋ ਗਏ ਅਤੇ ਕਣਕ ਨੂੰ ਬਾਈ ਜੀ ਬਾਹਰ ਕੱਢਣ ਲੱਗ ਗਿਆ, ਕਿਉਂਕਿ ਉਹ ਕਹਿੰਦੇ ਕਿ ਇਹ ਨਾ ਆਵੇ ਕਿ ਜੇ ਹੁਣ 2700 ਨੂੰ ਵਿਕਦੀ ਆ ਫਿਰ ਕਿਧਰੇ 2500-2200 ਤੇ ਆ ਜਾਵੇ। ਫਿਲਹਾਲ ਮੌਜੂਦਾ ਬਾਈ ਜੀ ਇਹ ਸਿਚੁਏਸ਼ਨ ਬਣ ਗਈ ਆ ਕਿ ਗੱਲਾ ਮੰਡੀ ਮੀਆਂ ਚੰਨੂ ਦੇ ਵਿੱਚ, ਪੰਜਾਬ ਦਾ ਸ਼ਹਿਰ ਮੀਆਂ ਚੰਨੂ, 2700 ਰੁਪਏ ਕਣਕ ਦਾ ਰੇਟ ਹੋ ਗਿਆ ਵਾ। ਥੋੜ੍ਹੀ ਦੇਰ ਬਾਅਦ 11-12 ਵਜੇ 1 ਵਜੇ ਦੀ ਬਾਈ ਜੀ ਕੀ ਅਪਡੇਟ ਹੋਏਗੀ ਤੁਹਾਡੇ ਵੀਰਾਂ ਨਾਲ ਦੁਬਾਰਾ ਸ਼ੇਅਰ ਕੀਤੀ ਜਾਏਗੀ, ਕਿਉਂਕਿ ਰੇਟ ਵੱਧਦਾ ਰਹਿੰਦਾ ਘੱਟਦਾ ਰਹਿੰਦਾ, ਜਿਵੇਂ ਅੱਗੇ 2850 ਤੋਂ ਇਕੱਠਾ 2700 'ਤੇ ਆ ਗਿਆ। ਅਤੇ ਬਾਈ ਜੀ ਇਹ ਸੀ ਨਵੀਂ ਅਪਡੇਟ, ਨਵਾਂ ਰੇਟ ਕਣਕ ਦਾ ਮੀਆਂ ਚੰਨੂ ਗੱਲਾਂ ਮੰਡੀ ਦੇ ਵਿੱਚ। ਮਿਲਦੇ ਆ ਨਵੀਂ ਵੀਡੀਓ ਨਾਲ, ਨਵੀਂ ਅਪਡੇਟ ਨਾਲ। ਆਪਦਾ ਬੜਾ ਹੀ ਖਿਆਲ ਰੱਖਿਓ ਜੀ। ਅੱਲਾ ਹਾਫਿਜ਼।